ਕਰਤਾਨੀ ਵੀ ਉਹ ਬਹੁਤ ਵੱਡੇ ਦਾਨ ਦਿੱਤੇ ਨੇ ਸਾਹਮਣੇ ਦੇਖਦਾ ਵੀ ਹਾਕਮ ਸਿੰਘ ਕਬੱਡੀ ਹਾਕਮ ਸਿੰਘ ਰਹਿਣ ਦੇ ਦਾਦਾ ਜੀ 50 ਰੁਪਏ ਲਓ ਦੇਖਦੇ ਨੇ ਜਦੋਂ ਬੜਾ ਪਰੇ ਤੋਂ ਰੇਟ ਜਾਂਦਾ ਸਾਡੇ ਕਿਹਨੇ ਧਿਆਨ ਮਾਰਨਾ ਕਿ ਰੁਪਈਏ ਬਹੁਤ ਆ ਗਏ ਜਦੋਂ ਰੇਟ ਪੈਂਦੀ ਆ ਉਹਦੀ ਵੀਰਾ ਬਣ ਕੇ ਪੈਸੇ ਲਾ ਦਿਆ ਕਰ ਬਸ ਲੱਜਲੇ ਪਾਸੇ ਦੇਖਦਾ ਖੇਡ ਦੇ ਮੈਦਾਨ ਦੇ ਵਿੱਚ ਕਹਿੰਦੇ ਬੱਗੇ ਦੀ ਪਈ ਹੋਈ ਕਬੱਡੀ ਤੇ ਸਾਹਮਣੇ ਚਾਰ ਜਾਫੀਆਂ ਦੇ ਵਿੱਚੋਂ ਇੱਕ ਨੌਜਵਾਨ ਨੇ ਬਹੁਤ ਸੋਹਣੀ ਕੋਸ਼ਿਸ਼ ਕੀਤੀ ਹੈ ਤੇ ਪਾਇਕ ਮੇਰੇ ਵੀਰੋ ਧਾਵੀ ਦਾ ਅਸੀਂ ਬਹੁਤ ਹੀ ਧੰਨਵਾਦੀ ਆ ਜਿਹੜੇ ਦਾਨੀ ਸੱਜਣਾ ਨੇ ਸਾਨੂੰ ਦਾਨ ਦਿੱਤਾ ਖਿਡਾਰੀਆਂ ਦੇ ਰੇਡਾਂ ਤੇ ਲਾਉਣ ਵਾਸਤੇ ਸੋਨੀ ਪੰਡਤ ਭੋਲਾ ਰਾਮ ਪੰਡਤ ਸੰਤ ਬਾਬਾ ਸ੍ਰੀ ਕ੍ਰਿਸ਼ਨ ਮੁਨੀ ਜੀ ਮਹਾਰਾਜ ਕੁਲਵੰਤ ਸਿੰਘ ਜੀ ਯੂਕੇ ਵਾਲੇ ਸੁਖਦੇਵ ਸਿੰਘ ਜੀ ਚੰਡੀਗੜ੍ਹ ਨਸੱਤਰ ਸਿੰਘ ਜੀ ਉੱਪਲੀ ਵਾਲੇ ਜੋਰਾ ਸਿੰਘ ਜੀ ਮਾਨ ਅਮਰਜੀਤ ਸਿੰਘ ਜੀ ਜਿੱਤੇਗਾ ਹਾਕਮ ਸਿੰਘ ਰਹਿਲ ਸਿੰਗਾਰਾ ਸਿੰਘ ਜੀ ਸਰਪੰਚ ਸਾਬਕਾ ਚੇਅਰਮੈਨ ਹਾਕਮ ਸਿੰਘ ਜੀ ਖਰਾ ਨਿੱਕਰ ਮਾਸਟਰ ਜੀ ਸਿੱਧੂ ਅਤੇ ਸੱਗੂ ਢੁੱਲਾ ਸੋਰ ਅਜਮੇਰ ਸਿੰਘ ਜੀ ਆਰਤੀ ਆ ਗੋਗੀ ਗਰੇਵਾਲ ਅਸੀਂ ਇਹਨਾਂ ਸਾਰੇ ਦਾਨੀ ਸੱਜਣਾ ਦਾ ਬਹੁਤ ਧੰਨਵਾਦ ਆ ਕਰਦੇ ਹਾਂ ਜਿਹੜੇ ਸਾਨੂੰ ਖਿਡਾਰੀਆਂ ਤੇ ਪੈਸੇ ਲਾਉਣ ਨੂੰ ਦੇ ਰਹੇ ਨੇ ਲੱਜਲੇ ਪਾਸੇ ਦੇਖਣਾ ਵੀ ਬੱਗੇ ਦੀ ਪਈ ਹੋਈ ਕਬੱਡੀ ਤੇ ਚਾਰ ਜਾਫੀ ਸਾਹਮਣੇ ਇੱਕ ਨੌਜਵਾਨ ਨੇ ਕਰੀ ਟਰਾਈ ਬੂਟਾ ਬਾਲੀਆਂ ਦਾ ਤੇ ਪੁਆਇੰਟ ਮੇਰੇ ਵੀਰੋ ਧਾਰੀ ਦੇ ਹਿੱਸੇ ਜੁੜਦਾ ਤਾਂ ਵੀ ਸੋਹਣਿਆ ਕਬੱਡੀ ਅਗਲੀ ਕਬੱਡੀ ਪਾਉਣ ਦੇ ਲਈ ਸਿੰਗਾਰਾ ਸਿੰਘ ਸਰਪੰਚ ਚੇਅਰਮੈਨ ਇਹਨਾਂ ਦੇ ਲਾ ਦਿਓ ਜੀ 50 ਰੁਪਏ ਦੇ ਰੇਟ ਤੇ ਲਓ ਅਗਲੀ ਕਬੱਡੀ ਪਾਉਂਦਾ ਗਬਰੂ ਖੇਡ ਦੇ ਮੈਦਾਨ ਦੇ ਵਿੱਚ ਕਿ ਹੱਕ ਸੱਚ ਲਈ ਰਹਿੰਦੇ ਲੜਦੇ ਉਹ ਹੱਸ ਕੇ ਤੋਪਾਂ ਅੱਗੇ ਖੜਦੇ ਦੁੱਖ ਸੁੱਖ ਸੀਨੇ ਉੱਤੇ ਜਰਦੇ ਪੱਕੇ ਨੇ ਕਰਾਰਾਂ ਦੇ ਕਿ ਖੇਡ ਕਬੱਡੀ ਖੇਡਦੇ ਅਣਖੀ ਪੁੱਤ ਸਰਦਾਰਾਂ ਦੇ ਕਬੱਡੀ ਦੀ ਸਰਦਾਰੀ ਹੈ ਇਹਦੇ ਪਾਸੇ ਜਾਫੀ ਵਾਲਾ ਜ਼ਾਲਮ ਖੇਡ ਕਬੱਡੀ ਦਾ ਤੇ ਗਬਰੂ ਕਰਦਾ ਟਰਾਈ ਕਹਿੰਦੇ ਗਰਿੰਦਰ ਕਹਿੰਦੇ ਨੌਜਵਾਨ ਜਾਫੀ ਨੂੰ ਲੱਗਦੇ ਪਾਸੇ ਬਹੁਤ ਤਕੜਾ ਜਾਫਾ ਲਾ ਕੇ ਆਪਣੀ ਟੀਮ ਦੇ ਸੇ ਬੜਾ ਸੋਹਣਾ ਪੁਆਇੰਟ ਜੋੜਦਾ ਤਾਂ ਵੀ ਨੌਜਵਾਨਾਂ ਕਬੱਡੀ ਤਾਰੀ ਅਗਲੀ ਕਬੱਡੀ ਪਾਉਣ ਲਈ ਖੇਡ ਦੇ ਮੈਦਾਨ ਦੇ ਵਿੱਚ ਖੈਰਾ ਦੇ ਲਾਤੇ ਜੀ 50 ਰੁਪਏ ਰੇਟ ਤੇ अगली कबड्डी पाउण दे लई फिर देखदे आं वी तारी वध्या होया कि साडे गभरूआं इहनूं पूरे जग चमकाया कनेडा अमेरिका दा इंग्लैंड दा लोहा मनवाया बाजे खाने दा मशहूर सी खिडारी मित्रो साडी खेड कबड्डी सानूं प्यारी मित्रो साडी खेड कबड्डी सानूं प्यारी मित्रो मैच समाप्त है जी ਕਿਲੋ ਦਾ ਦੂਸਰਾ ਪ੍ਰਾਈਜ ਦਿੱਤਾ ਸਾਨੂੰ ਅਸੀਂ ਬਹੁਤ ਹੀ ਧੰਨਵਾਦੀ ਇਹਨਾਂ ਦਾਨੀ ਸੱਜਣਾਂ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਸ ਟੂਰਨਾਮੈਂਟ ਨੂੰ ਨੇਪਰੇ ਚੜ੍ਹਾਉਣ ਦੇ ਵਿੱਚ ਬਹੁਤ ਵੱਡੀ ਮਦਦ ਹੈ ਅਸੀਂ ਬਹੁਤ ਹੀ ਧੰਨਵਾਦੀ ਹਾਂ ਬਿੱਟੂ ਸੰਤ ਬਾਬਾ ਸ੍ਰੀ ਕ੍ਰਿਸ਼ਨ ਮੁਨੀ ਜੀ ਮਹਾਰਾਜ ਜੀ ਜਿਨ੍ਹਾਂ ਦੀ ਅਪਾਰ ਕਿਰਪਾ ਦੇ ਨਾਲ ਸਾਨੂੰ ਖਿਡਾਰੀਆਂ ਦੇ ਰੇਡਾਂ ਦੇ ਲਾਉਣ ਨੂੰ ਬਹੁਤ ਮਾਇਆ ਭੇਜੀ ਆ ਸੰਤ ਬਾਬਾ ਕ੍ਰਿਸ਼ਨ ਮੁਨੀ ਜੀ ਮਹਾਰਾਜ ਔਰ ਸਰਦਾਰ ਕੁਲਵੰਤ ਸਿੰਘ ਜੀ ਯੂਕੇ ਸਰਦਾਰ ਸੁਖਦੇਵ ਸਿੰਘ ਜੀ ਚੰਡੀਗੜ੍ਹ ਨਸੱਤਰ ਸਿੰਘ ਜੀ ਉੱਪਲੀ ਵਾਲੇ ਜੋਰਾ ਸਿੰਘ ਜੀ ਮਾਨ ਅਮਰਜੀਤ ਸਿੰਘ ਜੀ ਜਿੱਤੇਗਾ ਹਾਕਮ ਸਿੰਘ ਜੀ ਰਹਿਲ ਸਰਦਾਰ ਸੰਗਾਰਾ ਸਿੰਘ ਜੀ ਸਰਪੰਚ ਸਾਬਕਾ ਚੇਅਰਮੈਨ ਹਾਕਮ ਸਿੰਘ ਜੀ ਖਰਾ ਬਿੱਕਰ ਸਿੰਘ ਜੀ ਮਾਸਟਰ ਸਿੱਧੂ ਅਤੇ ਸੱਗੂ ਢੁੱਲਾ ਸੋਰ ਅਜਮੇਰ ਸਿੰਘ ਜੀ ਆੜਤੀ ਆ ਔਰ ਗੋਗੀ ਗਰੇਵਾਲ ਅਮਰਜੀਤ ਸਿੰਘ ਜੀ ਮਾਨ ਅਸੀਂ ਇਹਨਾਂ ਸਾਰੇ ਦਾਨੀ ਸੱਜਣਾਂ ਦਾ ਕਹਿਤ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਸਾਨੂੰ ਮਾਇਆ ਦੇ ਗੱਫੇ ਭੇਜ ਰਹੇ ਨੇ ਖਿਡਾਰੀਆਂ ਤੇ ਲਾਉਣ ਵਾਸਤੇ ਨਾਲ ਹੀ ਉੱਧਰ ਇੱਕ ਵਾਰੀ ਜ਼ੋਰਦਾਰ ਤਾੜੀ ਮਾਰਦੇ ਮੇਰੇ ਵੀਰੋ ਬਹਾਦਰ ਖਾਂ ਬਰੇਡ ਕੋਟਲੇ ਵਾਲਾ ਆਪਣੇ ਕੰਨ ਦੇ ਨਾਲ ਜਿਹੜਾ ਮੋਟਰਸਾਈਕਲ ਖਿੱਚੇਗਾ ਉੱਧਰ ਬਹੁਤ ਵੱਡਾ ਧੰਨਵਾਦ ਹੈ ਸੁਖਦੇਵ ਸਿੰਘ ਜੀ ਠੇਕੇਦਾਰ ਕੁਲਵੰਤ ਸਿੰਘ ਜੀ ਯੂਕੇ ਵਾਲੇ 92,000 ਰੁਪਏ ਸਖੇਡ ਮੇਲੇ ਦੇ ਲਈ ਦਿੱਤਾ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਮੇਰੇ ਵੀਰੋ ਬਹਾਦਰ ਖਾਂ ਦੇ ਲਈ ਉਹਨੂੰ ਸੌਂ ਲੱਗੇ ਜਿਹੜਾ ਤਾੜੀ ਨਹੀਂ ਮਾਰੂ ਇੱਕ ਵਾਰੀ ਇਹਦੇ ਹੌਸਲੇ ਦੇ ਲਈ ਤਾੜੀ ਮਾਰੋ ਦਰਸ਼ਕੋ ਦਰਸ਼ਕਾਂ ਦੇ ਲਈ ਤਾੜੀ ਬਹੁਤ ਜ਼ਰੂਰੀ ਹੈ ਆਪਾਂ ਦਰਸ਼ਕ ਹਾਂ ਸਾਰੇ ਵੀਰਾਂ ਨੂੰ ਇਹਨਾਂ ਦੇ ਹੌਸਲੇ ਲਈ ਤਾੜੀ ਜ਼ਰੂਰ ਮਾਰਦੇ ਤਾੜੀ ਮਾਰ ਦਿਓ ਵੀਰੋ ਹਾਂਜੀ ਉਹ ਬਸ ਕਰ ਬਾਈ ਬਹਾਦਰ ਖਾਂ ਮਰੇਲ ਕੋਟਲੇ ਵਾਲਾ ਇਹਦਾ ਸਪੁੱਤਰ ਲਿਆਕਤ ਅਲੀ ਉਸ ਨੌਜਵਾਨ ਦਾ ਵੀ ਨਾਂ ਚੱਲਦਾ ਪੰਜਾਬ ਦੇ ਵਿੱਚ ਹਾਂਜੀ ਇੱਕ ਵਾਰੀ ਤਾੜੀ ਮਾਰ ਦਿਓ ਜੀ ਧੰਨਵਾਦ ਆ ਤੁਹਾਡਾ ਸਾਰੇ ਵੀਰਾਂ ਦਾ ਜਿਹੜੇ ਵੀ ਵੀਰ ਇਸ ਬਾਈ ਟੀਮ ਨੂੰ ਹੱਥ ਮਾਰ ਕੇ ਦਾ ਜਿਹੜੀ ਰਹਿੰਦੀ ਹੈ ਖੇਡ ਮੇਲੇ ਦੇ ਉੱਤੇ ਪੁੱਜੇ ਹੋਏ ਨੇ ਸਾਰੇ ਦਰਸ਼ਕ ਵੀਰਾਂ ਦਾ ਵੱਡਾ ਧੰਨਵਾਦ ਹੈ ਕਾਂਜਲਾ ਤੇ ਪਧਾਣੇ ਦੋਨੋਂ ਟੀਮਾਂ ਜਿਹੜੀਆਂ ਸੈਂਟਰ ਲੈਣ ਦੇ ਉੱਤੇ ਆ ਜਾਣ ਔਰ ਅਗਲੀ ਗੱਲ ਸਾਡਾ ਜ਼ਿੰਦਗੀ ਦਾ ਬਹੁਤ ਪਿਆਰਾ ਵੀਰ ਬਿੱਟੂ ਚੱਕ ਭਾਈਆਂ ਵਾਲਾ ਖੇਡ ਮੈਦਾਨ ਦੇ ਵਿੱਚ ਕਬੱਡੀ ਦੀ ਵਾਟ ਪਾਵੇਗਾ ਉਧਰ ਧੰਨਵਾਦ ਹੈ ਕਬੱਡੀ
.tv के जरिए जो WWW कबड्डी .tv के जरिए पूरे संसार के 20,000 के करीब दर्शक इस मेरे वीडियो खेड मेले के नाल जुड़े हुए साडा वीर रणदीप सिंह उस वीर का भी बहुत बड़ा धन्यवाद है असी बहुत बहुत धन्यवादी हाँ साडा वीर कुलदीप दे दायरे नाल जुड़े बैठे रब वर्गी सारे सत्कारयोग दर्शकों दस फतेह बुला रहे वाहेगुरु जी का खालसा श्री वाहेगुरु जी की फतेह कबड्डी 75 किलो भार दे जिहड़े बहुत तकड़े मैच खेड कबड्डी दे ग्राउंड दे विच शुरू हो चुके ने पधौड़ वर्से कांजले दी टीमां दा पहला मुकाबला खेड दे मैदान दे विच खेडिया जा रहा है जिहड़ी टीम कांजले दी है वो सूए वाले पासे खेड रही है ते स्टेज सज्जे हत्थ खेतां वाले साइड जिहड़ी टीम है वो पधौड़ दी है इधर नौजवान भावी कांजले वाला अगली कबड्डी पाउण दे लई खेड कबड्डी दे मैदान दे विच वधिया होया उधर पहले पाण पे जिहड़े बहुत सत्कारयोग पंडित जी उन्हां वल्लों 100 रुपए दे माया दे गफ्फे दित्ते जा रहे ने हाँ जी अब दीदे जदों ना महाराज रेडर से तुरिया करूगा पले तो साडे कनी महाराज मिला ला करी निगाह ठीक है जी हाँ जी हाँ जी पहली रेट ते ला दो जी ਸੱਗੂ ਸਿੱਧੂ ਢੂਲਾ ਸਟੋਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਸਰਦਾਰ ਗੁਰਦੀਪ ਸਿੰਘ ਗੱਬਰ ਦੇ ਯਾਰ ਦੋਸਤ ਸਤਨਾਮ ਕੈਨੇਡਾ ਤੇ ਪਾਲ ਕੈਨੇਡਾ ਉਹਨਾਂ ਨੇ 21,000 ਰੁਪਇਆ ਕਲੱਬ ਨੂੰ ਆਰਥਿਕ ਸਹਾਇਤਾ ਭੇਜੀ ਹੈ ਤਾਂ ਚਲੋ ਧੰਨਵਾਦ ਕਰਦੇ ਹਾਂ ਜੀ ਸਤਨਾਮ ਕੈਨੇਡਾ ਪਾਲ ਕੈਨੇਡਾ ਤੋਂ ਧੰਨਵਾਦ ਜੀ ਹਾਂਜੀ ਅਜਮੇਰ ਦੇ ਆਰਤੀਏ ਇਹਨਾਂ ਦੇ ਲਾ ਦਿਓ ਜੀ 50 ਰੁਪਏ इस तो जो अगला मैच है ਟੰਡੋਲੀ ਕਲਾਂ ਵਰਸੀ ਨਾਨਕਸਰ ਕਲੇਰਾਂ ਦੋਨੋਂ ਟੀਮਾਂ ਜਲਦੀ ਗਰਾਊਂਡ 'ਚ ਆ ਜਾਣ ਟੰਡੋਲੀ ਕਲਾਂ ਵਰਸੀ ਨਾਨਕਸਰ ਕਲੇਰਾਂ ਇਸ ਤੋਂ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਤਿਆਰੀ ਕਰਕੇ ਕਬੱਡੀ ਦੇ ਮੈਦਾਨ 'ਚ ਪੁੱਜਣ ਧੂਰੀ ਪਿੰਡ ਵਰਸੀ ਜੋਧਪੁਰ ਟੀਮਾਂ ਟੰਡੋਲੀ ਖੁਰਦ ਵਰਸੀ ਸੰਤ ਬਾਬਾ ਬਿਸ਼ਨ ਸਿੰਘ ਜੀ ਕਾਂਜਲਾ ਅਸੀਂ ਬੇਨਤੀ ਕਰਦੇ ਹਾਂ ਜੀ ਤਾਂ ਸੁਖਦੇਵ ਸਿੰਘ ਠੇਕੇਦਾਰ ਚੇਅਰਮੈਨ ਸੰਗਾਰਾ ਸਿੰਘ ਜੀ ਉਹ ਆ ਕੇ जो साडे दानी सज्जन ने उन्होंने मान सम्मान देण जी असीं धन्नवाद करदे हां जी गोगी गरेवाल दे ला दो जी 50 रुपए अगले मैच दीआं जिहड़ीआं टीमां ने नानकसर कलेरां वर्सी ਟੰਡੋਲੀ ਕਲਾਂ जल्दी दे नाल कबड्डी 75 किलो दीआं टीमां जिहड़ीआं उह तैयारी करके कबड्डी दे ग्राउंड दे विच आ जाण इधर नौजवान ਪਧੌੜ वाला ट्राई कर रहा है खेड कबड्डी दे मैदान दे विच जफ्फा लाउण दी पर अंक कांजले दे ताबी दे हिस्से जुड़दा होया अमरजीत सिंह मान इन्हां दे लाते जी 50 रुपए रेट ते ਟੰਡੋਲੀ ਕਲਾਂ ਵਰਸੀ ਨਾਨਕਸਰ ਕਲੇਰਾਂ अगले मैच दियां दोनों टीमां जल्दी तो जल्दी पुजणगियां उधर रब वर्गे पहुंचे सारे सत्कारयोग दर्शकों का अज दे इस टूरनामेंट ते मेरी वीरियो जिथे न्यू गुरु तेग बहादुर स्पोर्ट्स क्लब देखे वालों वड्डा धन्नवाद किया जा रहा सारिया संगतां दा पहुंचे दर्शकों का उधर स्टेज से विराजमान सत्कारयोग मानयोग शख्सियतों का बहुत बहुत धन्यवाद है हाँ जी ਗੁਰਤੇਜ ਸਿੰਘ सरपंच इन्हों के लाते जी 50 रुपए रेट से इधर कबड्डी के मैदान के गभरू अगली कबड्डी इस वे कांजले का पाँदा होया खड़ारी खेड के मैदान के उड़ती हुई मां मिट्टी की धूड़ के सामने पई कबड्डी से नौजवान मारदा होया जोरदार कैंची खेड कबड्डी के मैदान में खिंचती लकीर कि अज पता लगू कि तकड़ा शरीर असी बेनती कर दिया सरदार नाजर सिंह भूरी का वह भी अपना मान सम्मान लवे जी बेकर सिंह धक्खे का वह भी अपना मान सम्मान लैन की कृपालता करना सरदार बाल सिंह खालसा वह भी अपना मान सम्मान लवे जी लाल सिंह जितेगा जसपाल सिंह काला संगेगा वह भी अपना मान सम्मान लैन की कृपालता करो जी सर मनजीत सिंह जी नंबरदार साहब ਪੀੜ ਕੋਠੇ ਵਾਲੇ ਉਹ ਵੀ ਆ ਕੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਜੀ ਭੋਲਾ ਸਿੰਘ ਸੀਹੇ ਦਾ ਗੁਰਪ੍ਰੀਤ ਸਿੰਘ ਹਾਂਜੀ ਤਾਰਾ ਰਾਏਕੋਟ ਮੋਟਰ ਗੈਰਜ ਜਿਹੜਾ ਵੀ ਮੇਰਾ ਵੀਰ ਆਪਣਾ ਨਾਮ ਸੁਣਦਾ ਕਿਰਪਾ ਕਰਕੇ ਆ ਕੇ ਸਟੇਜ ਤੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਦੀ ਕਿਰਪਾਲਤਾ ਕਰੇ ਜੀ 75 ਕਿਲੋ ਕਬੱਡੀ 75 ਕਿਲੋ ਅਤੇ ਓਪਨ ਜੇ ਕੋਈ ਟੀਮ ਇਧਰ ਉਧਰ ਫਿਰਦੀ ਆ ਤਾਂ ਸਾਡੇ ਕੋਲੇ ਆ ਕੇ ਐਂਟਰੀ ਕਰਾ ਲਓ ਕਬੱਡੀ ਓਪਨ ਕਬੱਡੀ 75 ਕਿਲੋ ਸਾਡੇ ਕੋਲੇ ਆ ਕੇ ਐਂਟਰੀ ਜਮ੍ਹਾਂ ਕਰਾ ਲਓ ਕਬੱਡੀ 75 ਕਿਲੋ ਤੇ ਓਪਨ ਨਾਨਕਸਰ ਕਲੇਰਾਂ ਦੀ ਜਿਹੜੀ ਟੀਮ ਹੈ ਉਹ ਪਹੁੰਚ ਚੁੱਕੀ ਹੈ ਟੰਡੋਲੀ ਕਲਾਂ ਦੇ ਖਿਡਾਰੀ ਪਲੀਜ਼ ਜਲਦੀ ਨਾਲ ਤਿਆਰੀ ਕਰਕੇ ਖੇਡ ਕਬੱਡੀ ਦੇ ਗਰਾਊਂਡ ਵੱਲ ਆ ਜਾਣ ਨਾਨਕਸਰ ਕਲੇਰਾਂ ਦੀ ਟੀਮ ਪਹੁੰਚ ਚੁੱਕੀ ਹੈ ਟੰਡੋਲੀ ਕਲਾਂ ਦੇ ਪਲੇਅਰ ਆ ਜਾਣ ਜੋਧਪੁਰ ਟੀਮਾਂ ਵਰਸੇ ਧੂਰੀ ਪਿੰਡ
ਢੋਲੀ ਖੁਰਦ ਵਰਸੇ ਸੰਤ ਬਾਬਾ ਵਿਸ਼ਨ ਸਿੰਘ ਜੀ ਕਾਂਝਲਾ ਉਪਲੀ ਵਰਸੇ ਸੰਤ ਬਾਬਾ ਟਹਿਲ ਦਾ ਸੇਖਾ ਗੁਰਮਾ ਵਰਸੇ ਕੱਟੂ ਦੀਆਂ ਟੀਮਾਂ ਦੀ ਜਿਹੜੀ ਅਗਲੇ ਮੈਚ ਖੇਡੇ ਜਾਣੇ ਨੇ ਸਾਰੀਆਂ ਟੀਮਾਂ ਆਪੋ ਆਪਣੇ ਮੈਚ ਨੋਟ ਕਰ ਲੈਣਗੀਆਂ ਇਧਰ ਪਾਈ ਹੋਈ ਕਬੱਡੀ ਇਸ ਨੌਜਵਾਨ ਧਾਬੀ ਕਾਂਝਲੇ ਵਾਲੇ ਦੀ ਉਧਰ ਪਧੌੜ ਵਾਲਾ ਜਗਜੀਰ ਮਾਨ ਦਾ ਪਿੰਡੂ ਜੱਗੀ ਹੋਰਾਂ ਦਾ ਪਿੰਡੂ ਖੇਡ ਕਬੱਡੀ ਦੇ ਗਰਾਊਂਡ ਦੇ ਵਿੱਚ ਟਰਾਈ ਕਰ ਰਿਹਾ ਹੈ ਪਰ ਪੁਆਇੰਟ ਜਿਹੜਾ ਧਾਬੀ ਦੀ ਸੀ ਅਡਜਸਟ ਹੁੰਦਾ ਹੋਇਆ ਅਗਲੀ ਕੌਡੀ ਇਸ ਲਈ ਪਧੌੜ ਦੀ ਟੀਮ ਦੀ ਤਰਫ ਤੋਂ ਹਾਂਜੀ ਸੁਰਿੰਦਰ ਸਿੰਘ ਪੰਚਾਇਤ ਮੈਂਬਰ ਇਹਨਾਂ ਦੇ ਲਾਤੇ ਜੀ 50 ਰੁਪਏ ਰੇਟ ਤੇ ਉਧਰ ਸਰਦਾਰ ਸੁਰਿੰਦਰ ਸਿੰਘ ਹੋਰਾਂ ਵੱਲੋਂ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਦਿੱਤੇ ਜਾਣੇ ਨੇ ਇਸ ਪਈ ਹੋਈ ਕਬੱਡੀ ਤੇ ਨੌਜਵਾਨ ਗੁੱਟ ਫੜਨ ਦੀ ਟਰਾਈ ਕਰ ਰਿਹਾ ਹੈ ਪਰ ਸਿੱਧਵਾਂ ਵਾਲੀ ਲੱਗੀ ਜੀ ਇਸ ਕਬੱਡੀ ਦਾ ਫੈਸਲਾ ਦਿੰਦੇ ਹੋਏ ਕਿ ਅੰਕ ਜਿਹੜਾ ਉਹ ਧਾਬੀ ਦੇ ਹਿੱਸੇ ਜੁੜਦਾ ਹੋਇਆ ਅਸੀਂ ਫਿਰ ਬੇਨਤੀ ਕਰਦੇ ਹਾਂ ਕਾਲੀ ਸੰਧੂ ਗਰਮੇਲ ਸੰਧੂ ਸੁਖਾ ਮਲਕਾ ਜੱਗੀ ਖੈਰਾ ਬਾਈ ਬੜੈਚਾਂ ਦਾ ਮਿਸਤਰੀ ਮੱਘਰ ਸਿੰਘ ਜੀ ਮਿਸ ਮਕੰਦ ਸਿੰਘ ਜੀ ਮੋਟਰਾਂ ਵਾਲੇ ਪਿੰਡਾ ਸਿੰਘ ਜੱਕੀ ਵਾਲੇ ਗੁਰਪਾਲ ਸਟੂਡੀਓ ਭੋਲਾ ਸਿੰਘ ਖਹਿਰਾ ਸਵਰਗ ਵਾਸੀ ਨਛੱਤਰ ਸਿੰਘ ਨੰਬਰਦਾਰ ਉਹਨਾਂ ਦੇ ਪਰਿਵਾਰ ਚੋਂ ਭਾਈ ਜਿਨ੍ਹਾਂ ਦੇ ਨਾਂ ਬੋਲੀ ਜਾਂਦੇ ਆ ਕਿਰਪਾ ਕਰਕੇ ਆ ਕੇ ਭਾਈ ਸਟੇਜ 'ਤੇ ਆਪਣਾ ਮਾਣ ਸਨਮਾਨ ਪ੍ਰਾਪਤ ਕਰੀ ਜਾਓ ਬੇਨਤੀ ਹੈ ਬਾਬਾ ਮੈਡੀਕਲ ਹਾਲ ਸੁਖਪਾਲ ਸਿੰਘ ਤੱਖੇਗਾ ਕਲਦੀਪ ਸਿੰਘ ਪੰਚਾਇਤ ਮੈਂਬਰ ਸਾਬਕਾ ਇਹਨਾਂ ਦੇ ਲਾਤੇ ਜੀ 50 ਰੁਪਏ ਰੇਟ ਤੇ ਹਾਂਜੀ ਢੰਡੋਲੀ ਕਲਾਂ ਦਾ ਮੈਚ ਅਗਲਾ ਅੰਮ੍ਰਿਤਸਰ ਕਲੇਰਾਂ ਦੇ ਨਾਲ ਹੈ ਦੋਨੋਂ ਟੀਮਾਂ ਤਿਆਰ ਰਹਿਣ ਜੋਧਪੁਰ ਚੀਮਾ ਵਰਸੇ ਧੂਰੀ ਪਿੰਡ ਢੰਡੋਲੀ ਖੁਰਦ ਵਰਸੇ ਸੰਤ ਬਾਬਾ ਬਿਸ਼ਨ ਸਿੰਘ ਕਾਂਝਲਾ ਉਪਲੀ ਵਰਸੇ ਸੰਤ ਬਾਬਾ ਟਹਿਲ ਦਾ ਸੇਖਾ ਤੇ ਕੱਟੂ ਤੇ ਗੁਰਮਾ ਇਹ ਜਿਹੜੀਆਂ ਟੀਮਾਂ ਦੇ ਅਗਲੇ ਮੈਚ ਹੋਣੇ ਨੇ ਇੱਧਰ ਪਧੌੜ ਦਾ ਜਾਫੀ ਬਹੁਤ ਤਕੜਾ ਜਾਫਾ ਲਾ ਕੇ ਇੱਕ ਹੋਰ ਪੁਆਇੰਟ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਧੌਲੇ ਵਾਲੇ ਲੰਬੜਦਾਰ ਹੋਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਸਾਡਾ ਵੀਰ ਤਾਲਾ ਸਾਰਾ ਲੰਬੜਦਾਰ ਅਸ਼ੋਕ ਕੁਮਾਰ ਜੀ ਖਿਆਲੀ ਸਾਰੇ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਗਲਾ ਜਿਹੜਾ ਮੈਚ ਹੈ ਉਹ ਢੰਡੋਲੀ ਕਲਾਂ ਤੇ ਨਾਨਕਸਰ ਕਲੇਰਾਂ ਦੀਆਂ ਟੀਮਾਂ ਦਾ ਕਿਸੇ ਵੀ ਟੀਮ ਦੀ ਗਰਾਊਂਡ ਦੇ ਵਿੱਚ ਲੰਬਾ ਸਮਾਂ ਉਡੀਕ ਨਹੀਂ ਕੀਤੀ ਜਾਵੇਗੀ ਕਿਉਂਕਿ ਉਧਰ ਕੁਝ ਸਮੇਂ ਤੱਕ ਕਬੱਡੀ ਓਪਨ ਦੇ ਮੈਚ ਸਾਡੀ ਪ੍ਰਬੰਧਕ ਕਮੇਟੀ ਸ਼ੁਰੂ ਕਰਵਾਉਣ ਜਾ ਰਹੀ ਹੈ ਹਾਂਜੀ ਕੋਮਲ ਪੱਠਲ ਦੇ ਲਾ ਦਿਓ ਜੀ 50 ਰੁਪਏ ਰੇਟ ਤੇ ਇਧਰ ਪੱਠਲ ਸਾਹਿਬ ਨੂੰ 50 ਰੁਪਏ ਦੇ ਮਾਨ ਸਨਮਾਨ ਇਸ ਧਾਬੀ ਦੀ ਪੱਤੀ ਹੋਈ ਕਬੱਡੀ ਦੇ ਰਵੀ ਸਿੰਘ ਨੱਥੋਗਾ ਸੀਮਾ ਮੋਟਰ ਗੈਰਜ ਕਾਕਾ ਸਿੰਘ ਸਰਾ ਬਲਵੀਰ ਸਿੰਘ ਸੰਧੂ ਜੱਸੀ ਬੜੈਚ ਸੁਖਪਾਲ ਸਿੰਘ ਧਾਲੀਵਾਲ ਰਣਜੀਤ ਸਿੰਘ ਬੋਪੇਰਾ ਬਲਦੇਵ ਸਿੰਘ ਮਹੰਤ ਅੰਮ੍ਰਿਤਪਾਲ ਸਰਾ ਗੁਰਚਰਨ ਸਿੰਘ ਗਰੇਵਾਲ ਵਿਸਾਖਾ ਸਿੰਘ ਮਾਨ ਧੀਰ ਸਿੰਘ ਰਹਿਲ ਛਿੰਦਾ ਡੇਰੀ ਵਾਲਾ ਸੁਖਪਾਲ ਸਿੰਘ ਕਬੂਤਰੀ ਵਾਲਾ ਤੇਜਾ ਸਿੰਘ ਪੰਚ ਮਹਿੰਦਰ ਸਿੰਘ ਗੋਪੀ ਗੋਗੀ ਸ਼ੇਰਪੁਰੀਆ ਗੁਰਨੀਤ ਸਿੰਘ ਰਹਿਲ ਰਾਜੂ ਸੀਮੈਂਟ ਸਟੋਰ ਵਾਲੇ ਮਾਸਟਰ ਬਿਕਰ ਸਿੰਘ ਜੀ ਸਾਰੇ ਸੱਜਣਾਂ ਨੂੰ ਬੇਨਤੀ ਹੈ ਕਿ ਆਪਣਾ ਮਾਨ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਜੀ ਹਾਂਜੀ ਨਿੰਮਾ ਸੇਖਾ ਜੀ ਪਲੀਜ਼ ਗਰਾਊਂਡ 'ਚ ਆ ਜਾਣ ਇੱਕ ਵਾਰ ਪਧੌੜ ਦੀ ਟੀਮ ਇਸ ਮੈਚ ਦੀ ਜੇਤੂ ਟੀਮ ਹੈ ਜੀ ਚੱਲਦੇ ਹੋਏ ਮੈਚ ਦੀ ਜਿਹੜੀ ਜੇਤੂ ਟੀਮ ਪਧੌੜ ਦੀ ਹੈ ਹਾਂਜੀ ਕਾਂਝਲੇ ਦੀ ਟੀਮ ਦੇ ਖਿਡਾਰੀ ਆਪਣਾ 100 ਰੁਪਇਆ ਮੇਰੇ ਤੋਂ ਪ੍ਰਾਪਤ ਕਰ ਲੈਣ ਜਿਹੜੀ ਟੀਮ ਦਾ ਪਹਿਲਾ ਪੁਆਇੰਟ ਸੀ ਅਗਲਾ ਜਿਹੜਾ ਮੈਚ ਹੈ ਉਹ ਦਾਨਕਸਰ ਕਲੇਰਾਂ ਵਰਸਿਜ ਢੰਡੋਲੀ ਕਲਾਂ ਦੀਆਂ ਟੀਮਾਂ ਦਾ ਬਹੁਤ ਤਕੜਾ ਮੈਚ ਖੇਡਿਆ ਜਾਵੇਗਾ ਦੋਨੋਂ ਟੀਮਾਂ ਜਲਦੀ ਨਾਲ ਮੁਕਾਬਲਾ ਜਿਹੜਾ ਸ਼ੁਰੂ ਕਰ ਦੇਣਗੀਆਂ ਜੋਧਪੁਰ ਚੀਮਾ ਵਰਸਿਜ ਧੂਰੀ ਪਿੰਡ ਉਹ ਟੀਮਾਂ ਵੀ ਉਸ ਤੋਂ ਅਗਲੇ ਮੈਚ ਲਈ ਤਿਆਰੀ ਕਰਕੇ ਆ ਜਾਣ ਕਬੱਡੀ ਓਪਨ ਜੇ ਕੋਈ ਟੀਮ ਇੱਧਰ ਉੱਧਰ ਫਿਰਦੀ ਆ ਐਂਟਰੀ ਨਹੀਂ ਕਰਾਈ ਤਾਂ ਸਾਡੇ ਕੋਲ ਐਂਟਰੀ ਕਰਾ ਲਓ ਕਬੱਡੀ ਓਪਨ ਤੇ 75 ਕਿਲੋ ਆ ਰਿਜ਼ਲਟ ਦੱਸ ਦਿਓ ਜੀ ਸਾਨੂੰ ਪਧੌੜ ਦੀ ਟੀਮ ਜੇਤੂ ਹੈ ਜੀ ਪਧੌੜ ਦੀ ਟੀਮ ਚੱਲਦੇ ਹੋਏ ਮੈਚ ਦੇ ਵਿੱਚੋਂ ਪਧੌੜ ਦੀ ਟੀਮ ਜੇਤੂ ਹੈ ਅਗਲਾ ਜਿਹੜਾ ਮੈਚ ਹੈ ਉਹ ਢੰਡੋਲੀ ਕਲਾਂ ਵਰਸੇ ਨਾਨਕਸਰ ਕਲੇਰਾਂ ਦੀਆਂ ਟੀਮਾਂ ਦਾ ਮੈਚ ਖੇਡਿਆ ਜਾਵੇਗਾ ਉੱਧਰ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਕੁਲਵੰਤ ਸਿੰਘ ਜੀ ਯੂਕੇ ਵਾਲਿਆਂ ਦਾ ਚੇਅਰਮੈਨ ਸਾਹਿਬ ਦਾ ਸੁਖਦੇਵ ਸਿੰਘ ਜੀ ਠੇਕੇਦਾਰ ਸਾਹਿਬ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ ਅੱਜ ਜਿੱਥੇ ਇਸ ਟੂਰਨਾਮੈਂਟ ਦਾ ਮੇਰੀ ਵੀਡੀਓ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਸਾਡੇ ਜ਼ਿੰਦਗੀ ਦੇ ਬਹੁਤ ਸਤਿਕਾਰਯੋਗ ਵੀਰ ਸੇਖੇ ਵਾਲੇ ਗੱਬਰ ਹੋਰਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਆਪਣੇ ਸਮੁੱਚੇ ਸਾਥੀਆਂ ਦੇ ਨਾਲ ਮਿਲ ਕੇ ਅੱਜ ਪੰਜਾਬ ਭਰ ਦਾ ਮਸ਼ਹੂਰ ਕਬੱਡੀ ਟੂਰਨਾਮੈਂਟ ਸੇਖੇ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਹਾਂਜੀ
कबड्डी 75 किलो की असी एक टीम एंटर कर सकते हैं, कबड्डी 75 किलो। अच्छा जी बोल देने, कबड्डी 75 किलो नू लास्ट सदा, कबड्डी एक पिंड ओपन, साढ़े को 14 टीम आ गई, जो कोई भी टीम होर इतने पहुंची है तो अपनी टीम एंटर करवा दो, अभी 16 टीम एंटर करनिया ने। इधर जी टीम नानकसर कलेर की है वो मेन स्टेज वाले पास्यों सजे हथ खेड जा रही है, स्टेज के सजे हथ खेतों वाली साइड नानकसर कलेर की टीम है, और दूसरे पासे जी टीम सूए वाले पासे स्टेज के खब्बे हथ जी आखती है वो टंडोली कलां की टीम इस मुकाबले के खेडेगी। एक बार फिर जी टीम साइडा दस रहे हैं, टंडोली कलां की टीम सूए वाले पासे है और स्टेज के सज्जे पासे खेतों वाली साइड जी टीम चली गई वो नानकसर कलेर की टीम है। दोनों टीमों के दरम्यान बहुत तकड़ा मैच, कबड्डी 75 किलो भार का शुरू हो जा रहा है। उधर सरजी तोरी साढ़े वीर मेरी वीर बेल्जियम के बैठे ने, गब्बर होर जिंदगी के पर मित्र ने, लक्की होरी भद्दलवड वाले सारे सत्कारयोग वीर का बहुत बहुत धन्यवाद है। हाँ जी आप पहली रेट से दस दी सोनी पंडित दुकान वाले दे। इधर पहली कबड्डी पा रहा नौजवान टंडोली कलां की टीम की तरफ तो, लक्खी होर का पेंड जिस धरती के लक्खी टाइगर का खिताब मिले है। हाँ जी वीरे 62 किलो वालों का कहते सा पेपर आना का फाइनल मैच करवा दे, सेखा ते ख्याली। जरूर जी सेखा ते ख्याली दोनों टीमें प्लीज वो जिन्ना जल्दी मैच खेलना चाहदिया ने तो उन्ना जल्दी तैयारी करके कबड्डी के मैदान च आ सकते हैं खिलाड़ी। ये प्रबंधकी कमेटी वालों बेनती है कबड्डी 62 किलो भार के फाइनल मैच दिया दोनों टीम जल्दी कबड्डी के मैदान में आ जाए। हाँ इधर हाँ जी खिडारी भीर नोट कर लैन, कबड्डी 75 किलो ये दो खिडारी बहरों खेल सकते हैं, कबड्डी 75 किलो साढ़े को एक टीम अभी एंटर हो कर सकते 75 किलो की जो कोई हैगी है तो साढ़े को एंट्री करा लो। कबड्डी ओपन ओपन भी सदा एंट्रियां शुरू ने, जो कोई टीम आई आ इधर उधर फिरती है तो एंट्री करा लो साढ़े को कबड्डी ओपन। इधर नौजवान इस वे बहुत तकड़ा पॉइंट अपनी टीम के लिए जोड़ने में सफल होता हुआ बाबा कृष्ण मुनीज महाराज इन्होंने ला दो जी 50 रुपये रेट से। उधर कृष्ण मुनी जी बाबा जी और माया के गप्पे इस कबड्डी से दिते जाने ने, धौले का तारा लंबरदार फैसला दे रहा है इस कबड्डी का कि पॉइंट धावी का पॉइंट जोड़ा धावी का जस्सा नौजवान अगली कबड्डी पावेगा खेड कबड्डी के मैदान के। इधर नानकसर कलेर की टीम चंडीगढ़ वाले से ला दो जी 50 रुपये रेट से। उधर सरदार सुखदेव सिंह जी ठेकेदार साहब का कहते बहुत बड़ा योगदान अज के इस टूरनामेंट से, वो भी विशेष तौर पर पुजे हुए हैं आ कबड्डी से। ठेकेदार साहब वालों चंडीगढ़ वालों वालों बड़ा मान सम्मान दिता जाएगा। इधर जाफी टंडोली वाला करदा दो हथ और पॉइंट जोड़ा धाबी को मिले है, अंक जोड़ा धाबी को मिले है। हाकम सिंह रहन के नाते जी 50 रुपये रेट से। अगला मैच जोधपुर टीमां वर्सिस धूरी पिंड दीआं टीमां दा खेडिया जाएगा, वो दोनों टीमां तैयारी करके जल्दी कबड्डी के मैदान के आ जाएगियां। जोधपुर टीमां वर्सिस धूरी पिंड इस तो अगला मैच है, दोनों टीमों के खिलाड़ियों को साडी बेनती है प्लीज जल्दी तैयारी करके ग्राउंड के आ जाए। जोधपुर टीमां वर्सिस धूरी पिंड टंडोली खुरद वर्सिस संत बाबा बिशन सिंह जी कांजला। इधर हरप्रीत सिंह अगली तारा सिंह सरपंच चेयरमैन इन्हों ने लाते जी 50 रुपये रेट से। कबड्डी के मैदान च पानी जरूर पहुंचा दिता जाए साडी प्रबंधक वीर बेनती है। हाँ जी एक जरूरी सूचना जी, स्टेज के पिछे एक दो गड्डिया मोटरसाइकिल या स्कूटर खड़े आ, कृपा करके हाथ जोड़ के बेनती है कि उन्होंने साइड से कर दो जी, कहो BPI बंदे VIP बंदे आने वाले ने, कृपा करके बेनती है साड़िया सत्कारयोग हस्तियां पहुंचने वाली ने, ते प्रशासन वालों भी बेनती है कि इतों साइड से कर दो, बेनती है जी। इधर जस्सा अगली कबड्डी पा रहे हैं नौजवान नानकसर कलेर की टीम की तरफ तो, 50 का नोट ला दे मेरे वीर हाकम सिंह खरा ते विक्रम मास्टर जी का। उधर 50 रुपए के मान सम्मान साडे सत्कारयोग वीर वालों इस कबड्डी से दिते जाने ने। जो भाई जेडे साइकिल वालिया पर्चिया कटते हैं इतने साढ़े को ग्राउंड के गेड़ा दो, जे साइकिल रखे
इसे ग्राउंड दे विच सारे गेड़ा दे के जाओ ते पार्टियां कटो सारे वीरां दीआं। हाँ जी, जोधपुर टीमां ते धूरी पिंड अगले मैच दीआं दोनों टीमां तैयारी करके खेड कबड्डी दे ग्राउंड दे विच आ जाण तां जो आपां ग्राउंड नूं ज्यादा देर खाली ना होण दईए। उधर सरदार सुखदेव सिंह जी ठेकेदार साहब अज दे इस टूरनामेंट ते विशेष तौर ते पुज्जे होए ने, जिथे कुलवंत सिंह जी इंग्लैंड वालियां दा बहुत वड्डा योगदान है। उत्थे कहिंदे अज इतिहास रचा जा रहा सिखे दी धरती ते गब्बर होरां दे यार इस इलाके दे पंजाब भर तों जिहड़े दुनिया भर दे लोकां दे विच वसे होए ने उन्होंने बहुत वड्डे योगदान दित्ते ने इस टूरनामेंट दे लई। जी ਸਿੱਧੂ ਅਤੇ ਸੱਗੂ ਢੂਲਾ ਸਟੋਰ ਦਾ 50 ਰੁਪਏ ਦਾ ਨੋਟ ਲਾ ਦਿਓ ਜੀ। ਇਹਦੇ ਅਸੀਂ ਧੰਨਵਾਦ ਕਰਦੇ ਹਾਂ ਬਾਈ ਡਾਕਟਰ ਬਲੌਰ ਸਿੰਘ, ਉਹ ਵੀ ਸਾਡੇ ਵਿੱਚ ਪਹੁੰਚੇ ਨੇ, ਹੋਰ ਵੀ ਜਿੰਨੀਆਂ ਗਰਾਊਂਡ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਕਲੱਬ ਨੂੰ ਆਰਥਿਕ ਸਹਾਇਤਾ 500 ਰੁਪਇਆ 1100 2100 ਕਿੰਨੀ ਵੀ ਸਹਾਇਤਾ ਪਹੁੰਚਾਈ ਹੈ, ਕਿਰਪਾ ਕਰਕੇ ਸਟੇਜ ਤੋਂ ਆ ਕੇ ਆਪਣਾ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਜੀ। ਜਿੰਨੇ ਵੀ ਮੇਰੇ ਦਾਨੀ ਸੱਜਣਾ ਆਲੇ ਦੁਆਲੇ ਖੜੇ ਆ ਉਹ ਕਿਰਪਾ ਕਰਕੇ ਆ ਕੇ ਸਟੇਜ ਤੋਂ ਆਪਣਾ ਮਾਣ ਸਨਮਾਨ ਲੈਣ ਦੀ ਕਿਰਪਾਲਤਾ ਕਰੋ ਜੀ। ਅਜਮੇਰ ਸਿੰਘ ਜੀ ਆੜਤੀ ਆ, ਉਹਨਾਂ ਵੱਲੋਂ 50 ਦਾ ਨੋਟ ਲਾ ਦਿਓ ਜੀ ਇਸ ਕੌਡੀ ਤੇ। ਜੋਧਪੁਰ ਟੀਮਾਂ ਤੇ ਧੂਰੀ ਪਿੰਡ ਦੇ ਅਗਲੇ ਮੈਚ ਦੀਆਂ ਦੋਨੋਂ ਟੀਮਾਂ ਤਿਆਰੀ ਕਰ ਲੈਣ। ਸੰਤ ਬਾਬਾ ਬਿਸ਼ਨ ਸਿੰਘ ਜੀ ਕਾਂਜਲਾ ਵਰਸੀ ਢੰਡੋਲੀ ਖੁਰਦ, ਉਹ ਵੀ ਜਿਹੜੀਆਂ ਟੀਮਾਂ ਗਰਾਊਂਡ ਦੇ ਲਾਗੇ ਆ ਜਾਣਗੀਆਂ, ਜਿਹੜੀਆਂ ਅਗਲੇ ਮੈਚਾਂ ਦੀਆਂ ਟੀਮਾਂ ਆ ਰਹੀਆਂ ਨੇ ਉਹ ਨਮਸਕਾਰ ਕਰਕੇ ਪਲੀਜ਼ ਇੱਕ ਸਾਰ ਤੇ ਹੋ ਕੇ ਬੈਠ ਜਾ ਕਰਨ ਤਾਂ ਜੋ ਚੱਲਦੇ ਹੋਏ ਮੈਚ ਦਾ ਦਰਸ਼ਕ ਪੂਰਾ ਆਨੰਦ ਲੈ ਸਕਣ। ਉਧਰ kabaddi.tv.com ਦੇ ਜ਼ਰੀਏ ਅੱਜ ਦਾ ਇਹ ਟੂਰਨਾਮੈਂਟ ਪੂਰੀ ਦੁਨੀਆ ਭਰ ਦੇ ਵਿੱਚ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ। ਉਹਨਾਂ ਸਤਿਕਾਰਯੋਗ ਵੀਰ ਗਿਲਜੇ ਵਾਲੀ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ। ਉੱਥੇ ਬੱਦਲ ਵੱਡ ਵਾਲੇ ਲੱਕੀ ਹੋਰੀ ਬੈਲਜੀਅਮ ਦੀ ਧਰਤੀ ਤੇ ਨਾਲ ਸਰਬਜੀਤ ਹੋਰੀ ਸਾਡੇ ਸਤਿਕਾਰਯੋਗ ਵੀਰ, ਉਧਰ ਚੰਨੇ ਔਲ ਖੁਰੀ ਅੱਜ ਦੇ ਟੂਰਨਾਮੈਂਟ ਤੇ ਵਿਸ਼ੇਸ਼ ਤੌਰ ਤੇ ਪੁੱਜ ਰਹੇ ਨੇ, ਜਿਹਨਾਂ NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇੱਧਰ ਨੌਜਵਾਨ ਜਾਫੀ ਪੁੱਟਦਾ ਹੋਇਆ ਖੁੱਚ ਖੇਡ ਕਬੱਡੀ ਦੇ ਮੈਦਾਨ ਦੇ ਵਿੱਚ ਕਿ ਖੁੱਚ ਪੱਟਣੀ ਤੇ ਬੜੀ ਔਖੀ ਲਾਉਣੀ ਹੈ। ਕਬੱਡੀ ਵਿੱਚ ਢਾਕ ਮਿੱਤਰੂ ਦਾ ਮਿਹਨਤਾਂ ਦੇ ਨਾਲ ਸਭ ਲੱਗਦੇ ਨੇ, ਖਾ ਕੇ ਖੁਰਾਕ ਮਿੱਤਰੂ ਅੱਜ ਪੂਰੀ ਖੁਰਾਕ ਖਾਧੀ ਕੀਤੀ ਮਿਹਨਤ ਦਾ ਮੁੱਲ ਪੈਣਾ ਹੈ ਖੇਡ ਕਬੱਡੀ ਦੇ ਮੈਦਾਨਾਂ ਦੇ ਵਿੱਚ। ਲਾ ਕੇ ਵਧੀਆ ਜੱਫਾ ਇਸ ਲਈ ਜਾਫੀ ਨਾਨਕਸਰ ਟੀਮ ਗਰਾਊਂਡ ਆ ਜਾਣ ਤਾਂ ਮੈਚ ਜਿਹੜਾ ਉਹਨਾਂ ਦਾ ਉਸੇ ਵੇਲੇ ਆਪਾਂ ਕਰਵਾ ਦੇਵਾਂਗੇ। ਮੇਰੀ ਬੇਨਤੀ ਹੈ ਸੇਖਾ ਤੇ ਖਿਆਲੀ ਕਬੱਡੀ 62 ਕਿਲੋ ਦੇ ਫਾਈਨਲ ਮੈਚ ਦੀਆਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ। ਸਰਦਾਰ ਗੁਰਜੀਤ ਸਿੰਘ ਜੀ ਸਰਪੰਚ ਦਾ ਲਾ ਦੇ ਜੀ 50 ਰੁਪਏ ਦਾ ਨੋਟ। ਉਧਰ ਸਰਦਾਰ ਗੁਰਜੀਤ ਸਿੰਘ ਜੀ ਸਰਪੰਚ ਸਾਹਿਬ ਹੋਰਾਂ ਦਾ ਬਹੁਤ ਵੱਡਾ ਧੰਨਵਾਦ ਹੈ। ਉਧਰ ਨਿੰਮਾ ਸੇਖਾ ਸਾਡੀ ਜ਼ਿੰਦਗੀ ਦਾ ਬਹੁਤ ਸਤਿਕਾਰਯੋਗ ਵੀਰ, ਤੁਹਾਡੇ ਆਪਣੇ ਨਗਰ ਦਾ ਖੇਡ ਕਬੱਡੀ ਦੀ ਦੁਨੀਆ ਦਾ ਮਸ਼ਹੂਰ ਬੁਲਾਰਾ, ਜਿਸ ਵੀਰ ਦੇ ਬੋਲਾਂ ਨੇ ਛੋਟੇ ਛੋਟੇ ਕਦਮਾਂ ਤੋਂ ਸ਼ੁਰੂਆਤ ਕਰਕੇ ਇੱਕ ਸ਼ਬਦਾਂ ਦੀ ਜਿਹੜੀ ਮਾਲਾ ਨੂੰ ਮੇਰੀ ਵੀਰੀ ਉੱਪਰ ਨੋਇਆ ਉਸ ਨੌਜਵਾਨ ਨੇ, ਉਸ ਨਿੰਮੇ ਸੇਖੇ ਵੀਰ ਦਾ ਬਹੁਤ ਵੱਡਾ ਧੰਨਵਾਦ ਹੈ। ਜਿੱਥੇ ਸਿੱਧੂ ਸਾਹਿਬ ਹੋਰੀ ਉਹਨਾਂ ਦੇ ਸਤਿਕਾਰਯੋਗ ਪਿਤਾ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪੁੱਜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਹਰਮਨ ਜੋਗਾ ਜੀ ਮਹਿਲ ਕਲਾਂ ਵਾਲੀ ਨਾਲ ਲੱਖਾ ਖਿਆਲੀ ਜੀ, ਸਾਰੇ ਸੰਦੀਪ ਕੁਰੜ ਜੀ, ਸਤਪਾਲ ਮਾਹੀ ਜੀ, ਸਾਰੇ ਸਤਿਕਾਰਯੋਗ ਸਾਥੀ ਕਮੈਂਟੇਟਰ ਵੀਰਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਇੱਧਰ ਕਬੱਡੀ ਦੇ ਮੈਦਾਨ ਦੇ ਵਿੱਚ ਹਰਪ੍ਰੀਤ ਸਿੰਘ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ, ਸਿੱਧਵਾਂ ਵਾਲਾ ਲੱਕੀ ਇਸ ਵੇਲੇ ਸਿੱਧਵਾਂ ਵੇਟ ਦੇ ਏਰੀਆ ਜਿੱਥੇ ਜਗਰਾਉਂ ਦਾ ਏਰੀਆ, ਇਸ ਵੀਰ ਦਾ ਕੀ ਫੈਸਲਾ ਕਰੇਗਾ ਇਸ ਕਬੱਡੀ ਦਾ ਭਾਈ ਹੋਈ ਕਬੱਡੀ ਤੇ ਨੌਜਵਾਨ ਜਾਫੀ ਵੇਖੋ ਇਸ ਵੇਲੇ ਤਕੜਾ ਜ਼ੋਰ ਲਾਉਂਦਾ ਹੋਇਆ ਢੰਡੋਲੀ ਕਲਾਂ ਵਾਲਾ ਲਾਕੀ ਤਕੜਾ ਜੱਫਾ ਅੰਕ ਦਾ ਵਾਧਾ ਕਰਦਾ ਹੋਇਆ। ਹਾਂਜੀ ਕਬੱਡੀ ਓਪਨ, ਜੇ ਕੋਈ ਟੀਮ ਇੱਧਰ ਉੱਧਰ ਫਿਰਦੀ ਹੈ ਸਾਡੇ ਕੋਲ ਆ ਕੇ ਇੱਕ ਜਮ੍ਹਾਂ ਕਰਾਓ, ਸਿੰਦਰ ਸਿੰਘ ਪੰਚਾਇਤ ਮੈਂਬਰ ਇਹਨਾਂ ਦੇ ਲਾ ਦਿਓ ਜੀ 50 ਰੁਪਏ ਰੇਟ ਤੇ। ਉਧਰ ਜਿਹੜਾ ਅਗਲਾ ਮੈਚ ਹੈ ਉਹ ਜੋਧਪੁਰ ਚੀਮਾ ਤੇ ਧੂਰੀ ਪਿੰਡ ਦੀਆਂ ਟੀਮਾਂ ਦਾ ਖੇਡਿਆ ਜਾਵੇਗਾ। ਜੋਧਪੁਰ ਚੀਮਾ ਵਰਸੀ ਧੂਰੀ ਪਿੰਡ ਦੋਨੋਂ ਟੀਮਾਂ ਤਿਆਰੀ ਕਰਕੇ ਆ ਜਾਣ। ਅੱਜ ਸਵੇਰ ਤੋਂ ਹੀ ਦਰਸ਼ਕ ਜਿਹੜੇ ਬਹੁਤ ਵੱਡੀ ਤਾਦਾਦ ਦੇ ਵਿੱਚ ਇਸ ਟੂਰਨਾਮੈਂਟ ਤੇ ਪੁੱਜੇ ਹੋਏ ਨੇ, ਕਿਉਂਕਿ KS ਮੱਖਣ ਹੋਰੀ ਨਾਲ ਗਿੱਪੀ ਗਰੇਵਾਲ ਹੋਣੀ, ਕੁਲਵੀਰ ਝੰਜਰ ਹੋਣੀ ਨਾਲ ਮੇਰੀ ਵੀਰਿਓ ਅੱਜ ਦੇ ਇਸ ਟੂਰਨਾਮੈਂਟ ਤੇ ਵਿਸ਼ੇਸ਼ ਤੌਰ ਤੇ ਭਿੰਦੇ ਔਜਲੇ ਹੋਰੀ ਪੁੱਜ ਰਹੇ ਨੇ। ਗੱਬਰ ਦਾ ਕਹਿੰਦੇ ਪੰਜਾਬ ਭਰ ਦੇ ਵਿੱਚ ਸਾਰੇ ਗਾਇਕਾਂ ਦੇ ਨਾਲ, ਸਾਰੇ ਕਬੱਡੀ ਦੇ ਸਟਾਰਾਂ ਦੇ ਨਾਲ ਕਹਿ ਗੱਡਵੀ ਯਾਰੀ ਹੈ, ਭਰਾਵਾਂ ਤੋਂ ਵੱਧ ਕੇ ਪਿਆਰ ਹੈ। ਜਿਸ ਵੀਰ ਨੇ ਪ੍ਰਬੰਧਕੀ ਕਮੇਟੀ ਦੇ ਨਾਲ ਮੇਰੀ ਵੀਰਿਓ ਨਿਊ ਗੁਰੂ ਤੇਗ ਬਹਾਦਰ ਸਪੋਰਟਸ ਕਲੱਬ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਬਣੀ ਹੋਈ ਪ੍ਰਬੰਧਕੀ ਕਮੇਟੀ ਦਾ ਅੱਜ ਦੇ ਇਸ ਟੂਰਨਾਮੈਂਟ ਲਈ ਬਹੁਤ ਵੱਡਾ ਉਪਰਾਲਾ ਹੈ। ਦਰਸ਼ਕ ਸਵੇਰ ਤੋਂ ਹੀ ਵੱਡੀ ਤਾਦਾਦ ਦੇ ਵਿੱਚ
इस टूरनामेंट के नाल जुड़े बैठे ने क्योंकि सब नूं पता है कि मैच तकड़े होने ने। कबड्डी एक पिंड उपर धन्यवाद करते हैं जी बाबा मेडिकल हाल वो भी अपना सन्मान लें जी। कबड्डी एक पिंड उपर जे कोई टीम इधर उधर फिरदी है साढ़े को एंट्री नहीं जमा कराई तो आपकी एंट्री जमा करा लो फिर जो असी टाइम पांच सत्त मिनटों फिर ना साढ़े को कहो भी यही एंट्री कराने फिर अभी कोई टीम एंटर नहीं करनी। कबड्डी एक पिंड उपर इधर चलते हुए मैच की कबड्डी हरप्रीत सिंह खेड कबड्डी के मैदान के पाँदा होया नानकसर कलेरां वाला इधर पई कबड्डी से उधर चार जाफी बिल्कुल तैयार वर तैयार ने कि चार जाफी जदों चेन बना के खड़ दे थोड़ा थोड़ा पिछे अड़ते लोड़ पवे तो अड़ते कि जुगत बना के दा मार दे धावी ने फड़ दे पर पॉइंट लकी सिद्ध मांझी फैसला देते हुए कि धावी का जी सिंह कीपा सबका पंचायत मैंबर ने लाते जी 50 रुपये रेट से। इधर पई हुई कबड्डी से नौजवान भरदा होया कलाबा लाकी एक होर जफा पॉइंट अपनी टीम नानकसर कलेरां दी से जोड़दा होया नानकसर कलेरां पिंड एक बिल्कुल जगराओं के लागे करके है जिथों धन धन संत बाबा नंद सिंह जी बाबा ईश्वर सिंह जी महाराज बाबा कृष्ण मुनि जी महाराज के लाते जी 50 रुपये रेट से उन्हां दी बहुत बड़ी देन है। इधर संत बाबा कृष्ण मुनि जी माया के गफे देन जा रहे ने इस पई हुई कबड्डी से जसा कबड्डी पा रहा है उधर टंडोली वाला जाफी लाउंदा होया तकड़ा जफा कि जाफियां दे जफे करी जांदे ने कमाल खुशी लोग भी मनाउंदे जो पैंदी है धमाल कहंदे जिहड़ा एक बार फड़े वो मुड़ नहीं छड़दा कौड़ी खेड़ है पंजाबियां दी मां ताई तां वेखो जोर लगदा है ताई तां वेखो जोर लगदा यूके दे लाते जी 50 रुपये रेट ते। उधर सरदार कुलवंत सिंह जी इंग्लैंड वालों का बहुत बड़ा योगदान है यूनाइटेड किंगडम के वसे हुए ने बलैत कहता कोई बरतानिया क्या आखता है जिस धरती ने पूरी दुनिया भर के इंग्लैंड ने अपनी धाक जमाई पंजाब हिंदुस्तान से भी इंग्लैंड का बहुत लंबा समा जिहड़ा राज रहा है जिथे मेरी वीरियो पंजाब की धरती से उस अंग्रेजी साम्राज्य की गल अजकल पंजाबियों ने इंग्लैंड से मेरी वीरियो अपनी विलक्षण पहचान बनाई हुई है इंग्लैंड की धरती के। इधर मैच समाप्त है जी चलते हुए मैच के नानकसर कलेरां की जिहड़ी टीम है वो जेतू है जी नानकसर कलेरां की टीम इस मैच की जेतू टीम है जो स्टेज वाले पास्यों स्टेज के सजे हथ खेड रही थी खेतों वाली साइड वो टीम जेतू है नानकसर कलेरां की। अगला मैच जोधपुर चीमा बरसी धूरी पिंड दियां हेलो भाई जी बच्चा लैके कोई भी ग्राउंड के बच्चे ना जाए कोई भी स्टंट वाला वीर ग्राउंड दे विच ना जावे बाहरों कमेटी तो पुछ के फिर जाया करो भाई असीं बहुत बहुत धन्यवाद करते हैं सवर्गवासी जथेदार सिंह जी मान उन्होंने परिवार वालों भी बहुत सारी बैक सहायता पहुंची है जी तो गुरदीप सिंह जी जिन्हों आप ढोला कह दें जी भैनी पत्ती उन्हों वालों भी क्लब में आर्थिक सहायता पहुंची है बहुत बहुत धन्यवाद जी ये अपना मान सम्मान लैन की भी कृपालता कर जी। हाँ जी आ दर्शक भीर बेनती आ भी टला बाबा टहल दास जी डेरे च लंगर चलता गा जे किसी वीर भाई ने प्रसादा सकना तो डेरे च जाके टला बाबा टहल दास जी लंगर च प्रसादा सक सकता है। हेलो इधर जी टीम धूरी पिंड की इस मैच के खेडेगी वो स्टेज के सजे हथ पिंड वाले पासे जी टीम है वो धूरी पिंड की टीम खेडन जा रही है और दूसरे पास जी टीम जोधपुर चीमा की वो स्टेज के खब्बे हथ जे सूए वाला पासा आखदी है तो उस पास ये टीम जी धूरी जोधपुर चीमा की है। हाँ जी स्टेज तो प्रबंधक वीर दस देन जी जे करतबा वाले वीर वार बार आख रहे हैं कि स्टेज तो सानू इजाजत मिली है आह इस मैच तो बाद जी फाइनल मैच करा दो 62 किलो का फिर वो पेपर दे देना जी मुंडिया ने फाइनल मैच करा दो जी आ मैच तो बाद निमे आ कबड्डी 62 किलो का करा दो भी फाइनल मैच आओ पेपर नहीं जाना फिर मुंडिया ने आ मैच तो बाद हाँ जी असी दानी सज्जना का बहुत बहुत धन्यवाद करते हैं संत बाबा कृष्ण मुनि जी महाराज अजमेर सिंह आरती आ हाकम सिंह रहल सुखदेव सिंह चंडीगढ़ वाले कुलवंत सिंह जूके बहुत बहुत धन्यवाद इन्हों का संत बाबा कृष्ण मुनि जी महाराज के लाते जी 50 रुपये रेट से।
हाँ जी कबड्डी ओपन लास्ट लगा गा साढ़े को टीम कि जो दानी सज्जन साहब अजी एक टीम हो एंटर करांगे कबड्डी एक पिंड ओपन लास्ट छद्दा जे कोई टीम इधर उधर फिरती है तो साढ़े को एक टीम एंटर करा सकती है दानी सज्जना जो बाहर खड़े हैं कृपा करके स्टेज से आने की कृपालता करना मैं बेनती करा हेलो लखवीर सिंह हरी का नंबरदार वो भी स्टेज से पहुंचने की कृपालता करे लखवीर दास लखी महंत जी उन्होंने वालों 5100 रुपया वो भी कृपा करके स्टेज से पहुंचने की कृपालता करे हेलो बेकर सिंह तखेगा काका सिंह बीड मेरा भाई शहर से हुई और भी जन कई बेर का भी निगाह आता कोई कृपा करके जिन्होंने सानू आर्थिक सहायता भेजी है 500 रुपया 1100 2100 कृपा करके अपना सम्मान लैन ते नाले स्टेज ते पहुंचने की कृपालता कर जी हाँ एक भी साढ़े को आया लेके जे बच्चे लेके जगरावा तो ये बच्चा ना बोल सकता ना तुर सकता यदा 15 तरीक न ऑपरेशन होना गरीब घर का बच्चा है तो राहत ऑपरेशन होना जगरावा तो इसका बच्चा 10 साल का बच्चा है ना तो यह पैरों तो तुर सकता ते ना बोल सकता इसका ऑपरेशन होना कहता बाई 15 तरीक न जिन्हें भी मेरे वीर इतने कोई टूरनामेंट देखने आए हैं दानी सज्जन या कोई भी सहयोगी सज्जन कृपा करके यदी माली मदद करो ये गेड़ा दे रहा जो भी चल फुल जिनी भी सहायता हो सकती है इस वीर की सहायता करो हाँ जी 62 किलो के फाइनल मैच ली जी टीम है सेखे की पहुंच चुकी है ख्याली की टीम एक मिनट के अंदर अंदर ग्राउंड च आई साड़ी बेनती है ख्याली की टीम जल्दी पुज जाए भी उधर कबड्डी टीवी के जरिए बहुत सत्कारयोग सरदार कुलवंत सिंह जी यूके चेयरमैन अज के स्टूडियो जिते 92,000 रुपए का बहुत बड़ा सहयोग दे रहे हैं वो पूरे नगर को सारी प्रबंधकी कमेटी को मेरी वीरियो वड्डी मुबारकबाद भेज रहे हैं टूरनामेंट की सरदार कुलवंत सिंह जी इंग्लैंड वाले आ बेट कमेटी वालों बेनती है कि भाई खिडारियों जे किसी टीम का बेट रहेगा तो बेट करा लो उदू बाद इन्होंने प्रसादा प्रसूदा छकन जाना गा बेट करा लो भाई जे कोई टीम रही है इन्होंने फिर आपका प्रसादा छकना भाई ड्यूटी बजा बेचारे इधर चलते हुए मैच की अगली कबड्डी धूरी पिंड की तरफ तो हाँ जी गबरू खेड कबड्डी के मैदान के पाँदा होया हाकम सिंह रैहल के लाते जी 50 रुपये रेट से राजू जी भाई माड़ा जहा यह लाइव चलता है जो कि कट के लेके बोल दिया करो फिर उधर पता नहीं लगता बहर भी की मैच चलता कौन की बोलता उ सारे मैच ही बोली जाते कट्ठे हेलो उधर सरदार कुलवंत सिंह जी इंग्लैंड वालों का बहुत बड़ा धन्यवाद है चेयरमैन साहब का अज के टूरनामेंट से मेरी वीर 92,000 रुपए का बहुत बड़ा सहयोग भेज रहे हैं उत्थे कबड्डी टीवी के जरिए अज के इस सेखे के कबड्डी टूरनामेंट का लाइव आनंद माण रहे हैं न्यू गुरु तेग बहादुर स्पोर्ट्स क्लब का समुचे नगर का बहुत बड़ा धन्यवाद कर रहे हैं सरदार कुलवंत सिंह जी इंग्लैंड वालों का बहुत बड़ा योगदान है अज के इस टूरनामेंट के लिए बहुत बहुत धन्यवाद उन्हों का उधर अगले मैच के लिए ख्याली की टीम के खिलाड़ी प्लीज जल्दी कबड्डी के ग्राउंड के आ जाए ता जो ख्याली का मैच अगला फाइनल शुरू करवा सकी इधर सिख सरदार गबरू पांड लगे वापस अपनी टीम वाल वाधा होया हैलो भीरे सानू पैसे धन्यवाद करते हैं माड़ा साढ़े कहीं देख लिया कर एक बार पप्पू सिंह जी उन्होंने नाल अवतार सिंह जी मान साहब वो भी साढ़े को पहुंचे ने धन्यवाद करते हैं शाह राम सिंह जी गंडू का भैनी पत्ती उन्होंने भी आर्थिक सहायता पहुंची है बहुत बहुत धन्यवाद उधर बहुत बहुत धन्यवाद अवतार सिंह जी जवंदा भीरे सानू ना माड़ा टाइम दे सका जो रेट पैंती होंगी है ना साढ़े को दानी सज्जना से नौ बोलते होंगे जरूर जी जरूर बोलो जी बोलो संत बाबा कृष्ण मुनि जी महाराज के नाते जी 50 रुपये रेट से अवतार सिंह जी जवंदा गुरदीप सिंह गब्बर प्रधान गुरदीप सिंह गरेवाल सीनियर उप प्रधान नाल रणधीर सिंह जी चहल रैल मीत प्रधान दर्शन सिंह जी सिकंदर जनरल बलविंदर सिंह मानोरी अवतार